वाओ क्या बात है। इंडिया नालों 1 लाख रुपए का फर्क है। एक किन्ने का पिया वा ईवन की है मैनू दुबई नालों भी सस्ता पै गया। स्टॉक च ना मिले कि मैं ये तार कट के नाल ही ले जाऊंगी। गुड मॉर्निंग गाइस, की हाल चाल, ठीक ठाक हो सारे? सत श्री अकाल जी। तो अज फाइनली अपना वार्डरोब सैट हो जा रहा जी। कल आप बीच घूम चल गए पर बीच तो वह माहौल नहीं हैगा ही जो होना चाहिए ही। तो अज आप जा रहे हैं कितने? अज आप जा रहे हैं एप्पल 14 प्रो। अज फाइनली आप बुक करा देना क्योंकि यार इतनी बड़ी डिमांड आ, बहुत ज्यादा कमेंट आ रहे हैं। 14 नहीं तो आया, काफ़ी कमेंट्स आ रहे हैं। दो ऑप्शन ने, एक 2 वीक्स वाली एक 4 वीक्स वाली। आपां नूं चाहिए दो फोन, दो भी अपन दो। हाँ वीरेन भी लेना, वीरेन लेना 14 प्रो मैक्स 1 TV ते मैं लेना 14 प्रो 1 TV। ठीक है, ये दो फोन बुक करा। वीरा लूगा प्लान ते। हाँ जी, ते मैं लूंगा आउटराइट। तो हुण पहला आपां वार्डरोब सैट कर लिए। सो टॉर्बन्स वगैरह सारिया पिथ रख लिया वा, टी शर्ट इधर आ, सो बाकी कपड़े आप सैट करके फिर रेडी शेडी होके निकलते हैं। तो बाहर अज मौसम फिर उदर नहीं है, देख लो कल वर्ग हाले 3-4 दिन $100 GB plus 20 GB bonus data। मैं क्या ਵਲੌਗਰ ਸਾਹਿਬ ਲਈ ਚਾਹੀਦਾ ਆ ਕਿ ਨੈਟ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ ਨਾ। ਮੈਨੂੰ ਆਪਾਂ ਆਪਣੇ ਫੋਨ 'ਚ ਪਾਉਂਦੇ ਆ। ਆਪਾਂ ਸਭ ਤੋਂ ਪਹਿਲਾਂ ਕਿਉਂ ਆਈਫੋਨ ਬੁੱਕ ਕਰਨ ਜਾ ਰਹੇ ਆ, ਦੇਖੋ ਕੀ ਹਾਲ ਹੋਇਆ। ਆਹ ਦੇਖੋ ਤੇ ਹਾਲ ਮੇਰੇ ਵੀ, ਮੇਰੇ ਇਹੀ ਫੋਨ ਦਾ ਪਿੱਛੇ ਤੁਸੀਂ ਦੇਖ ਸਕਦੇ ਆ। ਓਕੇ ਓਕੇ ਤੇ ਵੇ ਆਪਾਂ ਇਹ ਚ ਪਾ ਲਿਆ VI ਵੋਡਾਫੋਨ ਦੀ। ਹਾਂਜੀ, ਇਹਨੇ ਕੱਢਦੇ ਆ, ਦੇਖ ਲਓ ਵੋਡਾਫੋਨ ਉੱਥੇ ਵੀ ਹੈ, ਵੋਡਾਫੋਨ ਇੱਥੇ ਵੀ ਹੈ, ਇੱਥੇ ਵੀ ਹੈਗੇ। ਹਾਂ ਵੋਡਾਫੋਨ, ਹਾਂ ਉੱਥੇ ਨਾ ਮਰਜ਼ ਹੋਗੀ, ਆਈਡੀਆ ਤੇ ਵੋਡਾਫੋਨ ਇਕੱਠੀ ਹੋ ਗਈ। ਹਾਂ ਤੇ ਇਹ ਸਿਮ ਆ ਜੀ, ਆਹ ਦੇਖੋ। ਹਾਂ ਜੀ, ਇਹਦੇ ਪਿੱਛੇ ਲਿਖਿਆ ਵਾ, ਇਹਦੇ ਵਿੱਚ ਹਾਂ ਇੱਕ ਆ ਕੀ ਆ BYO ਨੰਬਰ, ਇਹਦੇ ਵਿੱਚ ਇਹ ਬ੍ਰਿੰਗ ਯਰ ਓਨ ਨੰਬਰ, ਬ੍ਰਿੰਗ ਯਰ ਓਨ ਨੰਬਰ, ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦਾ ਨੰਬਰ ਵੀ ਚੂਜ਼ ਕਰ ਸਕਦੇ ਹੋ। ਸਿਮ ਪਾ ਕੇ ਦੇਖਦੇ ਆ। ਆ ਵੀਰੇ ਆ ਫੋਨ ਦਾ ਸੇਮ, ਮੇਰਾ ਵੀ ਆਹੀ ਹਾਲ ਹੋਇਆ, ਦੇਖ ਲਓ ਸਿਮ ਵੀਰੇ ਨੇ ਪਾ ਦਿੱਤੀ ਆ ਹੁਣ ਤੇ। ਜਿਹੜੀ ਮੇਰੀ ਇੰਡੀਆ ਵਾਲੀ ਸਿਮ ਆ ਉਹਦੇ ਤੇ ਮੈਂ ਰੋਮਿੰਗ ਕਰਾਇਆ ਸੀ, ਇੰਡੀਆ ਵਾਲੀ ਸਿਮ ਚੱਲੂਗੀ, ਇੰਡੀਆ ਦਾ ਫੋਨ ਆ ਸਕਦੇ, ਇੰਡੀਆ ਫੋਨ ਜਾ ਸਕਦਾ ਵਾ, ਉਹਨਾਂ ਵੀ ਚੱਕਰ ਨਹੀਂ ਕਿਉਂਕਿ ਔਰਤੇ ਸਾਰੇ ਯੂਟਿਊਬ ਦੇ ਇੰਸਟਾਗ੍ਰਾਮ ਦੇ ਬੈਂਕ ਦੇ ਸਾਰੇ OTP ਹੁੰਦੇ ਤਾਂ ਕਰਕੇ ਉਹ ਸਿਮ ਮੈਂ ਆਪਣੀ ਬੰਦ ਨਹੀਂ ਕੀਤੀ। ਜਿਹੜੀ ਆ ਇੱਕ ਸਪੇਅਰ ਸਿਮ ਹੀ, ਐਕਸਟਰਾ ਸਿਮ ਉਹ ਮੈਂ ਹੁਣ ਕੱਢ ਦਿੱਤੀ ਸੀ, ਇੱਥੇ ਆਪਾਂ ਉਹਦੇ ਪਾਤੀ ਹੋਈ ਆ। ਅਤੇ ਇਹ ਪਹਿਲੀ ਵਾਰੀ ਵੀਰੇ ਤੁਹਾਡੇ ਲਈ ਲਿਆ ਆ, ਅਤੇ ਮੈਂ ਚੈੱਕ ਕਰਦਾ ਕਿ ਹੋਪਫੁਲੀ ਇਹਦਾ ਨੈਟਵਰਕ ਵਧੀਆ ਹੋਵੇ, ਜੇ ਨਾ ਹੋਇਆ ਤਾਂ ਆਪਾਂ ਚੱਕ ਕੇ ਹੋਰ ਸਿਮ ਲੈ ਲੈਣੀ। ਓਕੇ ਓਕੇ, ਨਹੀਂ ਵਧੀਆ ਹੋਊਗਾ, ਕੋਈ ਚੱਕਰ ਨਹੀਂ, ਆਪਣੇ ਕੋਲ ਵਾਈਫਾਈ ਵੀ ਹੈਗਾ ਵਾ, ਅਤੇ ਵੀਰੇ ਹੋਣਾ ਕੋਈ ਫੋਨ 'ਚ ਨੈੱਟ ਹੈਗਾ ਵਾ, ਵੈਸੇ ਮੇਰੀ ਇੰਡੀਆ ਵਾਲੀ ਸਿਮ ਤਾਂ ਚੱਲ ਰਹੀ ਆ। ਹਾਂਜੀ, ਆਹ ਦੇਖੋ ਆ ਗਿਆ, ਕਰਾਂ ਇਹਨੂੰ ਕਰੋ ਕਰੋ। ਹਾਂਜੀ ਕੰਟੀਨਿਊ ਟਰੈਵਲ, ਜਿਹੜੀ MA ਸਿਮ ਆ ਨਵੀਂ ਸਿਮ ਇਹ ਆਨਲਾਈਨ ਐਕਟੀਵੇਟ ਹੋਊਗੀ, ਨੰਬਰ ਇਹਦਾ ਹੈਗਾ ਆ ਰਿਹਾ ਆਹ ਵਾਲਾ। ਹਾਂ ਦੇਖਿਓ, ਓਕੇ ਹੁਣ ਸਿਮ ਐਕਟੀਵੇਟ ਕਰਕੇ ਫਿਰ ਚੱਲਦੇ ਆਪਾਂ ਸਿਟੀ ਸਾਈਡ, ਥੋੜ੍ਹਾ ਐਕਸਪਲੋਰ ਕਰਦੇ ਹਾਂ। ਅਤੇ ਆਈਫੋਨ 14 ਅੱਜ ਫਾਈਨਲੀ ਆਪਾਂ ਬੁੱਕ ਕਰਾ ਦੇਣਾ ਵਾ, ਜਿਹੜੀ ਵੇਟਿੰਗ ਆ 2 ਵੀਕ ਦੀ ਵੀ ਆ 4 ਵੀਕ ਦੀ ਵੀ ਆ, ਸੋ ਜਿੱਥੇ ਘੱਟ ਵੇਟਿੰਗ ਹੋਈ ਅੱਜ ਆਪਾਂ ਫਾਈਨਲ ਕਰਾਉਣਾ ਵਾ। ਆਹ ਸਾਰੇ ਪੇਡ ਆ ਅਤੇ ਉੱਪਰਲੇ ਸਾਰੇ ਫ੍ਰੀ ਆ, ਸੋ ਆਪਾਂ ਹੁਣ ਨੰਬਰ ਚੂਜ਼ ਕਰਦੇ ਹਾਂ, ਸਿਮ ਐਕਟੀਵੇਟ ਕਰਦੇ ਹਾਂ ਅਤੇ ਫਿਰ ਤੁਹਾਨੂੰ ਸਭ ਕੁਝ ਦੱਸਦੇ ਹਾਂ। ਚਲੋ ਜੀ, ID ਵੀ ਵੈਰੀਫਾਈਡ ਹੋ ਗਈ ਹੈ ਜੀ, ਫੋਰਨ ਪਾਸਪੋਰਟ ਦੇ, ਵੈਲਕਮ ਟੂ MA SIM ਪੀਰ ਰਾਮਗੜੀਆ, ਅਤੇ ਆਪਣੀ ਸਿਮ ਵੀ ਐਕਟੀਵੇਟ ਹੋ ਗਈ ਹੋਈ ਹੈ ਜੀ। ਕਰੋ 100 GB ਇੰਜੋਏ ਪੂਰਾ, ਇੰਡੀਆ ਵਾਲੀ ਵੀ ਆਪਣੀ ਸਿਮ ਚੱਲ ਰਹੀ ਆ, 100 GB ਡਾਟਾ ਮਿਲਿਆ ਵਾ 28 ਡੇਜ਼ ਲਈ। ਇੱਥੇ ਡਾਟਾ ਇੰਨਾ ਮਹਿੰਗਾ ਵਾ, ਇੱਕ GB $10 ਦਾ ਵਾ, ਅਤੇ ਸਾਨੂੰ 100 GB ਪਲੈਨ ਮਿਲਿਆ ਵਾ $45 ਦਾ। $40 ਦਾ ਵੀ ਨਹੀਂ, $40 ਦਾ ਉੱਤੇ ਲੱਗਾ ਸੀ। ਓਕੇ, ਹਾਂ ਜਿਹੜਾ ਪਹਿਲਾਂ ਪਲੈਨ ਆ ਇਹ ਜਿਹੜਾ ਪਹਿਲਾਂ ਬਾਏ ਕੀਤਾ ਆ ਇਹ ਮਿਲਿਆ $12 ਦਾ, ਆਹ ਵਾਲਾ $40 ਵਾਲਾ। ਪਰ ਕਿਉਂਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ ਹੁਣ ਇਹਨੂੰ ਤੁਸੀਂ ਰੀਚਾਰਜ ਕਰਨਾ $40 ਦਾ, ਬਟ ਬਾਈ ਚਾਂਸ ਤੁਸੀਂ ਕਹੋਗੇ ਮੈਂ ਕੱਟ ਮੈਂ ਨਹੀਂ ਰੱਖਦਾ ਨਵਾਂ ਨੰਬਰ ਐਕਟੀਵੇਟ, ਫਿਰ ਆਪਾਂ 12 'ਚ ਨਵਾਂ ਲਿਆਵਾਂਗੇ, ਫਿਰ ਨਵਾਂ ਲਿਆਵਾਂਗੇ। ਹਾਂ ਇੱਦਾਂ ਕਰ ਲਾਂਗੇ, ਇੱਦਾਂ ਕਰ ਲਾਂਗੇ 40 ਯਾਰ, ਕਿਉਂਕਿ ਆ ਦੇਖੋ ਨਾ ਇੱਕ GB $10 ਦਾ ਵਾ, ਅਤੇ ਸਾਡੇ ਇੰਡੀਆ ਅਨਲਿਮਿਟਡ 1 GB ਤਾਂ ਅੱਧੇ ਘੰਟੇ 'ਚ ਮੁੱਕ ਜਾਂਦਾ ਵਾ। ਇੰਡੀਆ ਡਾਟਾ ਬਹੁਤ ਸਸਤਾ ਵਾ, ਇੰਡੀਆ ਤੋਂ ਬਾਅਦ ਜਿੱਥੇ ਵੀ ਜਾਓ ਡਾਟਾ ਬਹੁਤ ਮਹਿੰਗਾ ਵਾ। ਜੋ ਹਾਲ ਮੇਰੇ ਫੋਨ ਦਾ ਵਾ ਉਹੀ ਹਾਲ ਗਗਨ ਵੀਰੇ ਦੇ ਫੋਨ ਦਾ ਵਾ। ਸੋ ਆਪਾਂ ਦੋਵੇਂ ਜਾਣੇ ਹੁਣ ਸਵਿਚ ਕਰਾਂਗੇ ਆਪਣਾ 12 Pro Max ਲੈਣੇ ਆ 14 Pro 'ਤੇ, ਅਤੇ 14 Pro Max 'ਤੇ 1 TB। ਅਸੀਂ 1 ਵਜੇ ਉੱਠੇ ਸੀ ਅਤੇ 3:30 ਹੋ ਚੱਲੇ ਆ, ਹਾਲੇ ਆਪਾਂ ਘਰ ਹੀ ਆ ਯਾਰ। ਸਿਡਰੀ ਦਾ ਬੈਦਾ ਪਤਾ ਨਹੀਂ ਯਾਰ, ਬਾਹਰ ਹਾਏ
ਉਹ ਕੱਲ ਵਾਲਾ ਹੀ ਹਾਵੇ ਆਪਣਾ ਬਹੁਤ ਠੰਡੀ ਹਵਾ ਚੱਲ ਰਹੀ ਆ ਵੈਦਰ ਤਾਂ ਸੋਹਣਾ ਵਾ ਪਰ ਹਵਾ ਬਹੁਤ ਥੱਲੇ ਇੱਕ ਫੰਕਸ਼ਨ ਲੱਗਿਆ ਗਰਾਊਂਡ ਫਲੋਰ ਤੇ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਉਹ ਦੇਖੋ ਥੱਲੇ ਬਾਹਰ ਠੰਡ ਹੋਣ ਕਰਕੇ ਆਪਾਂ ਜ਼ਿੱਪਰ ਨਾਲ ਲੈ ਚੱਲਦੇ ਹਾਂ ਚਲੋ ਜੀ ਇੱਥੇ ਮੌਸਮ ਇੱਦਾਂ ਹੀ ਚੇਂਜ ਹੁੰਦਾ ਰਹਿੰਦਾ ਵਾ ਗਰਮੀ ਹੈਗੀ ਆ ਪਰ ਠੰਡ ਵੀ ਆ ਬਾਹਰ ਦਾ ਮੌਸਮ ਬਹੁਤ ਹੀ ਜ਼ਿਆਦਾ ਸੋਹਣਾ ਹੁਣੇ ਥੋੜ੍ਹੀ ਦੇਰ ਪਹਿਲੇ ਧੁੱਪ ਸੀ ਤਾਂ ਹੁਣ ਬੱਦਲ ਹੋ ਗਏ ਆ ਸਿੱਧੂ ਬਾਈ ਚੱਲ ਰਿਹਾ ਇੱਧਰ ਪੂਰਾ ਪੂਰਾ ਆਰ ਆਈ ਪੀ ਮੂਸ ਇੱਥੇ ਆਸਟ੍ਰੇਲੀਆ 'ਚ ਯਾਰ ਪਾਰਕਿੰਗ ਦਾ ਵੀ ਬੜਾ ਇਸ਼ੂ ਜੇ ਸਾਡਾ ਕੱਲ੍ਹ ਲੱਕ ਬੜਾ ਵਧੀਆ ਸੀ ਪਾਰਕਿੰਗ ਦੇ ਵਿੱਚ ਜਿੱਥੇ ਜਾਂਦੇ ਉਸ ਵੇਲੇ ਪਾਰਕਿੰਗ ਮਿਲ ਜਾਂਦੀ ਸੀ ਹੁਣ ਸਾਨੂੰ 5 ਮਿੰਟ ਹੋ ਗਏ ਆ ਉਤਲੇ ਫਲੋਰ ਤੇ ਆਪਾਂ ਨੂੰ ਮਿਲ ਜੂ ਪਰ ਆਪਾਂ ਚਾਹੁੰਦੇ ਆ ਇੱਥੋਂ ਜਾ ਕੇ ਤੇ ਸਿੱਧਾ ਹੀ ਐਪਲ ਬਿਲਕੁਲ ਸਿੱਧਾ ਪੱਲੇ ਤੇ ਲੱਗ ਕਰੋ ਵਿੱਚ ਮਾਰਨਾ ਗਿਵੇ ਦਿਓ ਮਹਾਰਾਜ ਓਕੇ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਵੈਸਟ ਫੀਲਡ ਤੇ ਐਪਲ ਸਟੋਰ ਜਾਣਾ ਆਪਾਂ ਹੈਗੇ ਲੈਵਲ 2 ਤੇ ਕੱਲ ਵੀ ਆਪਾਂ ਆਏ ਸੀ ਕੱਲ ਸ਼ਾਮ ਨੂੰ ਆਏ ਸੀ ਉਹ ਤਾਂ ਸਾਰੀਆਂ ਸ਼ੋਪਸ ਬੰਦ ਹੋ ਗਈਆਂ ਸੀ ਪਰ ਅੱਜ ਕਾਫੀ ਰੌਣਕ ਆ ਸਾਨੂੰ ਕਾਫੀ ਲੋਕ ਵੀ ਦੇਖ ਰਹੇ ਆ ਹੁਣ ਆਪਾਂ ਜਾਣਾ ਸਿੱਧਾ ਐਪਲ ਸਟੋਰ ਇਹ ਸਾਰਾ ਹੈਗਾ ਵਾ ਫੂਡ ਕੋਰਟ ਏਰੀਆ ਫੋਟੋ ਆਪਾਂ ਉੱਥੇ ਖਾਧਾ ਸੀ ਹਾਂ ਜਿਹੜਾ ਆਪਾਂ ਕੱਲ ਖਾ ਗਏ ਸੀ ਫੋਟੋ ਇੱਥੇ ਵੀ ਹੈਗਾ ਵਾ ਇਹਨਾਂ ਦੀ ਚਿਲੀ ਚਿਲੀ ਸੌਸ ਹੈ ਜਿਹੜੀ ਉਹ ਬੜੀ ਫੇਮਸ ਆ ਅਪੋਟੋ ਦੀ ਕ੍ਰਿਸਮਿਸ ਨੇੜੇ ਆ ਰਿਹਾ ਵਾ ਬਸ ਹਰ ਜਗ੍ਹਾ ਉਹਦੀਆਂ ਹੀ ਡੈਕੋਰੇਸ਼ਨ ਹੋਈਆਂ ਪਈਆਂ ਨੇ ਏ ਟੂ ਜ਼ੈਡ ਚੀਜ਼ਾਂ ਮਿਲ ਰਹੀਆਂ ਦੇਖ ਲਓ ਕ੍ਰਿਸਮਿਸ ਵਾਲੇ ਦਿਨ ਦਾ ਨਾ ਸੈਂਟੇ ਨੇ ਇੱਥੇ ਆ ਕੇ ਅਨਲਿਮਿਟਡ ਟੋਫੀਆਂ ਵੰਡਣੀਆਂ ਚੋਕਲੇਟਾਂ ਕੋਈ $5 ਦੀਆਂ ਚੋਕਲੇਟਾਂ ਮਤਲਬ ਕੋਲਸ ਤੋਂ ਮਿਲਦੀਆਂ ਉਹ ਵੀ ਫ੍ਰੀ ਆਫ ਕੋਸਟ ਹਲੇ ਤਾਂ ਮੇਰਾ ਦੂਜਾ ਦਿਨ ਆਸਟ੍ਰੇਲੀਆ ਦੇ ਵਿੱਚ ਕਾਫੀ ਟਾਈਮ ਹੈਗਾ ਆਪਾਂ ਸਿਰੇ ਟੈਨਸ਼ਨ ਨਹੀਂ ਲੈਣੀ ਨੈਕਸਟ ਸਟੇਟ ਐਕਸਪਲੋਰ ਕਰਾਂਗੇ ਹੁਣ ਆਏ ਆਪਾਂ ਪਤਾ ਕਰਨ ਵਾਸਤੇ ਆਈਫੋਨ ਫੋਨ ਐਕਚੁਅਲੀ ਡੂ ਯੂ ਗਾਇਸ ਹੈਵ ਯੂ ਫੋਨ ਆਲ ਰਾਈਟ ਯਾ ਵੀ ਨੀਡ ਅ ਆਈਫੋਨ 4 ਇਨ ਪ੍ਰੋ ਵੀ ਡੋਨਟ ਹੈਵ ਇਟ ਹਾਉ ਲੰਗ ਇਟ ਵਿਲ ਟੇਕ 7 ਟੂ 8 ਵੀਕਸ ਐਟ ਲੀਸਟ 7 ਟੂ 8 ਵੀਕਸ ਅਸੀਂ ਤਾਂ 2 ਵੀਕ ਤੇ 4 ਵੀਕ ਦੀ ਗੱਲ ਕਰ ਰਹੇ ਸੀ ਇਹਨਾਂ ਨੇ 7 ਤੋਂ 8 ਵੀਕ ਦੀ ਦਿੱਤੀ ਆ ਕਿ 7 ਤੋਂ 8 ਵੀਕ ਦੀ ਵੇਟਿੰਗ ਆ ਇਹ ਗੱਲ ਦਾ ਮੈਂ ਜਦੋਂ ਪਹਿਲਾਂ ਪਤਾ ਕਰਨ ਗਿਆ ਸੀ ਜੇ ਦੱਸ ਦਿੰਦੇ ਆ ਨਾ ਤੇ ਮੈਂ ਬੁਕਿੰਗ ਜਾਂ ਫੋਨ ਲੈ ਕੇ ਪਹਿਲਾਂ ਰੱਖ ਲਵਾਂ ਪਹਿਲਾਂ ਬੁੱਕ ਕਰ ਦੇਣਾ ਚਾਹੀਦਾ ਹਾਂ ਯਾਰ ਗਲਤੀ ਹੋ ਗਈ ਪਰ ਐਪਲ 'ਚ 4 ਵੀਕ ਕਹਿ ਰਹੇ ਜਨਵਰੀ ਦੇ ਮੰਥ ਸਟਿਲ 4 ਵੀਕ ਕਹਿ ਰਹੇ ਹਾਂ ਆਪਾਂ ਉੱਥੇ ਕਰ ਲਈ ਪਤਾ ਜੇ 4 ਵੀਕ ਕਹਿ ਰਹੇ ਫਿਰ ਆਪਾਂ ਆਪਟਸ ਜਾ ਕੇ ਇੱਕ ਵਾਰੀ ਆਪਟਸ ਪਤਾ ਕਰ ਲੈਂਦੇ ਆ ਵੀਰੇ ਨੂੰ ਪਲਾਨ ਤੇ ਮਿਲ ਰਿਹਾ ਵਾ ਫੋਨ ਵੋਡਾਫੋਨ ਚ ਅਵੇਲੇਬਲ ਆ ਬਟ ਸਿਰਫ ਪਲਾਨ ਤੇ ਮੈਨੂੰ ਕਿੰਨਾ ਆਫ ਮਿਲ ਰਿਹਾ $1000 ਦਾ ਆਫ ਮਿਲ ਰਿਹਾ ਵਾ 55,000 ਇੰਡੀਆ ਦੇ 55,000 ਦਾ ਆਫ ਮਿਲ ਰਿਹਾ ਵਾ ਤੇ ਉਹ ਵੀ ਉਹਦੀ ਇੰਸਟਾਲਮੈਂਟ ਵੀ ਬਹੁਤ ਘੱਟ ਬਣਨੀ ਹੁਣ ਆਪਾਂ ਆਏ ਆਪਟਸ ਆ ਇਧਰਾ ਸੈਂਟਾ ਨਾਲ ਫੋਟੋ ਸ਼ੁਰੂ ਹੋ ਰਿਹਾ ਹਾਏ ਕਿਆ ਬਾਤ ਹੈ ਨਾ ਤੇ ਹੁਣ ਆਪਾਂ ਚੱਲੇ ਹਾਂ ਜੀ ਐਪਲ ਸਟੋਰ ਲੈਵਲ 2 ਐਪਲ ਸਟੋਰ ਹਰ ਇੱਕ ਜਗ੍ਹਾ ਤੋਂ ਪਤਾ ਕਰ ਲਿਆ ਵਾ ਆਈਫੋਨ 14 ਪ੍ਰੋ ਤਾਂ ਹੈਗਾ ਵਾ ਪਰ ਪਲਾਨ ਤੇ ਮਿਲ ਰਿਹਾ ਵਾ ਜੋ ਕਿ ਮੈਂ ਬਾਏ ਨਹੀਂ ਕਰ ਸਕਦਾ ਮੈਨੂੰ ਚਾਹੀਦਾ ਕੈਸ਼ ਤੇ ਮਿਸਟਰ ਕੈਸ਼ ਵੀਰੇ ਨੂੰ ਮਿਲ ਸਕਦਾ ਵਾ ਤੇ ਪਲਾਨ ਤੇ ਤਾਂ ਬਹੁਤ ਹੀ ਸਸਤਾ ਪੈਂਦਾ ਵਾ $1000 ਆਫ ਹੀ ਮਿਲ ਰਿਹਾ ਵਾ ਉਹ ਤੁਹਾਨੂੰ ਸਾਰਾ ਸਮਝਾਉਂਦਾ ਕਿ ਪਲਾਨ ਦਾ ਕੀ ਸੀਨ ਹੁੰਦਾ ਵਾ ਪਹਿਲਾਂ ਆਪਾਂ ਬੁੱਕ ਕਰਾਈਏ ਗੱਡੀ 'ਚ ਜਾ ਕੇ ਆਰਾਮ ਨਾਲ ਤੁਹਾਨੂੰ ਪਲਾਨ ਵਾਲਾ ਸਿਸਟਮ ਸਮਝਾਉਂਦਾ ਵਾ ਹੁਣ ਆਪਾਂ ਆਏ ਜੀ ਐਪਲ ਸਟੋਰ ਹੁਣ ਇੱਥੇ ਪਤਾ ਕਰਦੇ ਕਿ ਵੇਟਿੰਗ ਕਿੰਨੀ ਦੇਰ ਦੀ ਆ ਡਿਸਪਲੇ ਹੋਏ ਆ 14 ਪ੍ਰੋ ਬਲੈਕ ਕਲਰ ਇਹ ਹੈਗਾ ਪਰਪਲ ਇਹ ਆਪਾਂ ਨੂੰ ਸਟਾਕ 'ਚ ਨਾ ਮਿਲਿਆ ਕਿ ਮੈਂ ਇਹਦੀ ਤਾਰ ਕੱਟ ਕੇ ਤੇ ਨਾਲ ਹੀ ਲੈ ਜਾਂਦੀ ਸਹੀ ਦੱਸੋ ਕਿਉਂਕਿ ਬਾਈ ਦੇਰ ਨਹੀਂ ਦੇ ਰਹੇ ਤਾਂ ਫਿਰ ਇੱਦਾਂ ਹੀ ਕਰਨਾ ਪੈਣਾ ਫਿਰ ਆਪਾਂ ਬਲੈਕ ਕਲਰ ਲੈ ਜਾਣਾ ਠੀਕ ਆ ਬਲੈਕ
ਆ ਦੇਖ ਲਓ ਪੂਰਾ ਭਰਿਆ ਵਾ ਐਪਲ ਸਟੋਰ ਜਿੰਨੇ ਵੀ ਰੈਡ ਟੀ ਸ਼ਰਟ ਵਾਲ ਦੇਖ ਰਹੇ ਆ ਉੱਥੋਂ ਦੇ ਸਾਰੇ ਇੰਪਲੋਈ ਆ 14 Pro yeah let me check it for what we've got in stock 1 TB Thank you so much. It's so busy today. We are, yeah. Weekend before Christmas, so we're absolutely flat out. Yeah. 14 Pro. What capacity were you looking at? 1 TB. 1 TB? Black color. Sorry, you said that we... very limited stock, so hopefully we can... Hopefully. Okay. Hopefully. This color is here. Color is purple. Chalunga. Black is purple. Okay then. Not a problem. Just wait here and we'll check it out for you. Thanks so much. So hopefully stock de vich ho sakda okay ni main ja ke check kardi ha te je hoya ta color da apna koi issue nahi hai color da issue nahi hai je purple mil jaye black mil jaye koi issue nahi hai te je black mil jaye ta zyada badhiya je purple mil jaye koi issue nahi adjust kar lange cover hi pehna va ha color hi pehna 22 23 सो गाइस फाइनली 14 प्रो ब्लैक कलर 1 TB बाय कर लिया जी इन हम अनबॉक्स करते हैं आप घर जाके एक किन्ने का पिया वा ईवन की है मैनू दुबई नालों भी सस्ता पै गया दुबई वीरे दी उत्थे एक इंप्लॉय वाक भी उन्हें 10% डिस्काउंट देता $260 का एक्चुअल अमाउंट की तुम दस दें हम चलने आप घर घर जाके अनबॉक्स करते हैं तो जी वीरा यह फोन लवे प्लैन तो वीरे सीधा सीधा $1000 ऑफ आ ਇੱਥੇ ਪਲਾਨ ਦਾ ਇਹ ਚੱਕਰ ਹੁੰਦਾ ਯਾਰ ਕਿ ਜੇ ਤੁਸੀਂ ਸੁਣਿਆ ਹੋਣਾ ਨਾ ਕਿ ਬਾਹਰ ਤਾਂ ਯਾਰ ਸਿਮ ਲੋ ਤੇ ਨਾਲ ਫੋਨ ਫ੍ਰੀ ਮਿਲ ਜਾਂਦਾ ਬਸ ਉਹੀ ਹਿਸਾਬ ਆ ਪਲਾਨ ਵਾਲਾ ਚੱਕਰ ਉਹੀ ਆ ਅਸੀਂ ਤਾਂ ਐਵੇਂ ਦੇ ਪਲਾਨ ਦੇਖੇ ਅੱਜ ਸਵੇਰੇ ਆਪਾਂ ਦੇਖ ਰਹੇ ਵੀਰਾ ਦਿਖਾ ਰਿਹਾ ਸੀ $1 ਤੇ ਫੋਨ ਮਿਲ ਰਿਹਾ ਵਾ ਸੈਮਸੰਗ ਦਾ $1 ਪਲਾਨ ਤੇ ਨਾਲ $1 ਮਹੀਨੇ ਦਾ ਉਹ ਕਹਿੰਦੇ ਫ੍ਰੀ ਫੋਨ ਲਓ ਪਰ ਸਿਮ ਸਾਡੀ ਯੂਜ਼ ਕਰੋ ਸੋ ਇਹ ਚੱਕਰ ਆ ਫੋਨ ਮਿਲਦੇ ਆ ਫ੍ਰੀ ਇੱਥੇ ਪਰ ਤੁਹਾਨੂੰ ਸਿਮ ਉਹੀ ਕੰਪਨੀ ਦੀ ਯੂਜ਼ ਕਰਨੀ ਪੈਣੀ ਆ ਬਾਕੀ ਜੇ ਮੈਂ ਫੋਨ ਪਲਾਨ ਤੇ ਲੈਂਦਾ ਤਾਂ ਮੈਨੂੰ ਮਿਲਣਾ ਹੀ $50 ਪਰ ਮੰਨ ਦੇ ਹਿਸਾਬ ਨਾਲ ਤੇ $50 ਤੁਸੀਂ ਅਗਰ ਸਿਮ ਦਾ ਖਰਚਾ ਲਾ ਲਓ $100 ਦੇ ਵਿੱਚ ਮੈਨੂੰ ਫੋਨ ਮਿਲ ਜਾਣਾ ਸੀ ਪਲਾਨ ਮੈਂ ਆਪਣੇ ਹਿਸਾਬ ਨਾਲ ਲੈ ਸਕਦਾ ਸੀ 24 ਮੰਥ ਦਾ 36 ਮੰਥ ਦਾ ਉਸ ਹਿਸਾਬ ਨਾਲ ਪੈਸੇ ਘਟੀ ਜਾਂਦੇ ਇੱਕ ਤਰ੍ਹਾਂ ਦਾ ਇੱਥੇ ਪਿਕਨਿਕ ਸਪੋਰਟ ਬਣਿਆ ਹੋਇਆ ਵਾ ਜਿਹੜੀ ਪਰਫਾਰਮੈਂਸ ਸੀ ਉਹ ਡਨ ਹੋ ਚੁੱਕੀ ਨੇ ਆਪਾਂ ਥੋੜਾ ਲੇਟ ਹੋ ਗਏ ਆ ਆਪਾਂ ਪਹਿਲਾਂ ਆਪਣਾ ਫੋਨ ਲੈਣ ਚੱਲ ਗਏ ਤਾਂ ਕਰਕੇ ਕਿਉਂਕਿ ਪਾਰਟੀ ਤਾਂ ਸਵੇਰ ਦੀ ਸ਼ੁਰੂ ਹੋਈ ਆ ਤੇ ਟਾਈਮ 5:30 ਹੋ ਗਿਆ ਸ਼ਾਮ ਦੇ सारे फुल इंजॉय कर रहे अपना आपा थोड़ा लेट हो गया चलो कोई गल नहीं हुण क्रिसमस तक एदा ही पार्टी चलदियां रहनियां ये दोबारा भी लगी चीची दा वड्डा भरा Lawn. No peeking. The season's starting. I'll give you proof. The neighbors bought a 9-foot dancing Santa for their roof. The best time of the year when everyone comes home with all this Christmas. ਜਿਹੜੀ ਵੀ ਉੱਥੇ ਪਾਰਟੀ ਸ਼ਾਰਟੀ ਚੱਲ ਰਹੀ ਸੀ ਉਹ ਆਪਾਂ ਥੋੜ੍ਹੀ ਦੇਰ ਇੰਜੋਏ ਕਰਕੇ ਇੱਕ ਦੋ ਪਰਫਾਰਮੈਂਸ ਦੇਖ ਕੇ ਤੇ ਹੁਣ ਚੱਲੇ ਆਪਾਂ ਵਾਪਸ ਆਪਣੇ ਘਰ ਤੇ ਜਾ ਕੇ ਟੋਸਟ ਖਾਣੇ ਆ ਤੇ ਨਾਲ ਆਪਾਂ ਕਰਦੇ ਆ ਜੀ ਆਪਣੇ 14 ਪ੍ਰੋ ਦੀ ਅਨਬਾਕਸਿੰਗ ਚਲੋ ਜੀ ਬਹੁਤ ਐਕਸਾਈਟਡ ਆ ਯਾਰ ਅਨਬਾਕਸਿੰਗ ਕਰ ਲਈ ਨਵਾਂ ਫੋਨ ਦੇਖੀਏ ਕਿੱਦਾਂ ਦਾ ਆ ਕੈਮਰਾ ਚੈੱਕ ਕਰਨਾ ਤੇ ਜਿਹੜੀ ਅੱਜ ਆਪਾਂ ਸਿਮ ਕੀਤੀ ਆ ਆਪਣੇ ਆਹ ਫੋਨ ਦੇ ਵਿੱਚ ਉਹ ਆਪਾਂ ਉਹਦੇ ਵਿੱਚ ਪਾ ਲਈ ਹੈ ਨਾ ਉਹਦੇ ਵਿੱਚ ਪਾ ਲਈ ਦੇਖ ਲਓ ਸਿਮ ਵੀ ਅੱਜ ਐਕਟੀਵੇਟ ਕੀਤੀ ਅੱਜ ਅੱਜ ਹੀ ਫੋਨ ਮਿਲ ਗਿਆ ਅੱਜ ਹੀ ਫੋਨ ਮਿਲ ਗਿਆ ਈਵਨ ਕਿ ਜਿਹੜੀ ਸਿਮ ਆ ਉਹ ਵੀਰੇ ਨੇ 3-4 ਦਿਨ ਹੋ ਗਏ ਲਿਆ ਕੇ ਰੱਖੀ ਕੱਲੇ ਆ ਕੇ ਰੱਖੀ ਸੀ ਹਾਂਜੀ ਤੇ ਅੱਜ ਹੀ ਆਪਾਂ ਸਿਮ ਆਪਣੇ ਫੋਨ 'ਚ ਪਾਈ ਤੇ ਅੱਜ ਹੀ ਫੋਨ ਹੀ ਮਿਲ ਗਿਆ ਆਪਾਂ ਇੱਧਰ ਜਾਣਾ ਅਦਾ ਕੋਈ ਵੀ ਅਨਨੋਨ ਬੰਦਾ ਅਪਾਰਟਮੈਂਟ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਆ ਕੀ ਹੋ ਗਈ ਤਾਂ ਕੀ ਇਹਦੀ ਹੁਣ ਅਨਬਾਕਸ ਕਰਦੇ ਆ ਆਪਣਾ 14 Pro ਸਪੇਸ ਬਲੈਕ 1 TB ਹਾਂਜੀ ਚਲੋ ਜੀ ਆ ਲਓ ਜੀ ਚਲੋ ਜੀ ਅਨਬਾਕਸਿੰਗ ਦਾ ਅਨਬਾਕਸਿੰਗ ਯਾਰ ਕਿੰਨਾ ਸੈਟੀਸਫਾਈਂਗ ਹੈ ਨਾ ਫਾਈਨਲੀ ਚਲੋ ਓ ਬਲੇ ਵਾਓ ਕੀ ਬਾਤ ਹੈ ਇੱਕ ਵਾਰੀ ਜ਼ੂਮ ਕਰਕੇ ਦਿਖਾਵਾਂ ਆ ਦੇਖ ਨਹੀਂ ਨਹੀਂ ਆ ਲਿਆ ਇਹ गाइस चेक करो कितना सोहना
ਇਹਦੇ ਵੱਲ ਆਪਾਂ ਬਾਅਦ ਚ ਹੁੰਦੇ ਹਾਂ, ਪਹਿਲਾਂ ਬੋਕਸ ਚ ਹੋਰ ਦੇਖੀ ਕੀ ਕੰਟੈਂਟ ਆ। ਹਾਂਜੀ ਇੱਕ ਆ ਵਾ ਵਾਇਰ, ਪੇਪਰ ਵਰਕ, ਇੱਕ ਐਪਲ ਸਟਿਕਰ ਹੋਣਾ ਵਾ। ਪਹਿਲਾਂ ਐਪਲ ਸਟਿਕਰ ਦੋ ਹੁੰਦੇ ਸੀ, ਹੁਣ ਇੱਕ ਕਰਤਾ। ਤੇ ਆ ਇਹ ਵੀ ਕੰਜੂਸ ਹੋ ਗਿਆ ਥੋੜਾ ਜਿਹਾ ਨਾ ਐਪਲ ਵਾਲੇ, ਦੇਖ ਲਓ ਜਿੱਥੇ ਕੋਸਟ ਕਟਿੰਗ ਹੁੰਦੀ ਹੈ ਕਰਦੇ ਆ। ਚਲੋ ਇਹਨਾਂ ਨੂੰ ਰੱਖੀਏ, ਹੁਣ ਮੇਨ ਚੀਜ਼ ਆ ਆਹ ਦੇਖੋ ਜੀ, ਹੁਣ ਕਰਦੇ ਆਪਾਂ ਇਹਨੂੰ ਮੋਸਟ ਸੈਟਿਸਫਾਈਂਗ ਚੀਜ਼ ਇਹ ਆ ਆਹ ਵਾਲੀ ਆ। ਕਿਆ ਬਾਤ ਹੈ, ਵਿੱਚੋਂ ਵੀ ਫੇਸ ਦੇਖ ਰਿਹਾ ਤੁਹਾਡਾ। ਹੁਣ ਕਰਦੇ ਆਪਾਂ ਬੂਟ, ਫਸਟ ਬੂਟ। ਲਓ ਜੀ ਲਓ ਜੀ ਚੱਲ ਗਿਆ, 14 ਪ੍ਰੋ 1 TB ਜਸ ਸਪੇਸ ਬਲੈਕ 1 TB। ਹੁਣ ਇਹਦੀ ਮੇਨ ਚੀਜ਼ ਹੈਗੀ ਆ ਡਾਇਨਾਮਿਕ ਆਈਲੈਂਡ ਇਸ ਤੋਂ ਅਗਲਾ ਵਲੌਗ ਆ ਉਹ ਆਪਾਂ 14 ਪ੍ਰੋ ਤੇ ਬਣਾਉਂਗੇ। ਸੈਡ ਮੈਨੂ ਲਈ ਨਹੀਂ, ਆਪਾਂ ਕਰਦੇ ਹਾਂ ਇਹ ਨਾ ਆਪਣਾ। ਹਾਂਜੀ ਆਈ ਥਿੰਕ ਮੈਨੂੰ ਲੱਗ ਗਿਆ ਪਤਾ ਪਾਸਵਰਡ। ਆਈਫੋਨ 'ਤੇ ਹੁਣ ਇੱਕ ਇਹ ਵੀ ਆ ਗਈ ਨਾ, ਜੇ ਤੁਹਾਡੇ ਨਾਲ ਕੋਈ ਵਾਈਫਾਈ ਕਨੈਕਟ ਆ ਤਾਂ ਤੁਸੀਂ ਉਹਦਾ ਪਾਸਵਰਡ ਵੀ ਜਾਣ ਸਕਦੇ ਹੋ। ਲਓ ਜੀ ਵਾਈਫ ਪਾਸਵਰਡ ਹੋ ਗਿਆ, ਵਾਈਫਾਈ ਹੋ ਗਈ ਕਨੈਕਟ। ਹੁਣ ਆਪਾਂ ਆਉਂਦੇ ਆਪਾਂ ਇਹਦੇ ਵਿੱਚ ਐਪਲ ਆਈ ਡੀ, ਬਸ ਇਹਨੂੰ ਥੋੜ੍ਹਾ ਟਾਈਮ ਲੱਗਣਾ ਵਾ। ਸਭ ਤੋਂ ਵਧੀਆ ਚੀਜ਼ ਹੈ ਨਾ 1 TB 1 TB। ਹੁਣ ਆਪਣਾ ਕੋਈ ਸਪੇਸ ਦਾ ਕੋਈ ਝੰਜਟ ਨਹੀਂ, ਕੋਈ ਝੰਜਟ ਨਹੀਂ। ਪੈਨ ਡਰਾਈਵ ਨਹੀਂ, ਪੈਨ ਡਰਾਈਵ ਹੁਣ ਗਈ, ਬਾਏ ਬਾਏ ਟਾਟਾ, ਬਾਏ ਬਾਏ ਪੈਨ ਡਰਾਈਵ ਇਹਨੂੰ ਸਾਂਭੀ। ਨਹੀਂ ਤਾਂ ਵੀਰੇ ਤੋਂ ਮੈਂ ਦੇਖੀ ਆ ਇੰਨੀਆਂ ਜ਼ਿਆਦਾ ਪੈਨ ਡਰਾਈਵ, ਇੰਨਾ ਜ਼ਿਆਦਾ ਸਟੋਕ ਹੈ ਨਾ ਡਾਟਾ ਵਗੈਰਾ, ਅਤੇ ਡਾਟਾ ਵਗੈਰਾ ਸੈੱਟ ਸੈੱਟ ਫੁੱਟ ਕਰਨ ਨੂੰ, ਅਤੇ ਹੁਣ ਸਾਰਾ ਝੰਜਟ ਖਤਮ। ਚਲੋ ਜੀ ਪਹਿਲਾਂ ਕਰ ਲਈਏ ਸਾਰਾ ਕੰਮ, ਫੇਸ ਆਈ ਡੀ। ਆਈਫੋਨ ਤਾਂ ਆਪਾਂ ਅਨਬੋਕਸ ਕਰ ਲਿਆ ਹੋਇਆ ਜੀ, ਅਤੇ ਹੁਣ ਗੱਲ ਕਰਦੇ ਇਹਦੇ ਪ੍ਰਾਈਜ਼ ਬਾਰੇ। ਇਹ ਸਾਨੂੰ ਆਸਟ੍ਰੇਲੀਆ ਤੋਂ ਮਿਲਿਆ ਜੀ $2,338 ਦਾ, ਜਿਹਨੂੰ ਆਪਾਂ ਮਲਟੀਪਲ ਕਰਦੇ ਹਾਂ 55 ਨਾਲ, 55 ਨਾਲ ਕਰਦੇ ਹਾਂ ਤਾਂ ਆਸਟ੍ਰੇਲੀਆ 'ਚ ਪਿਆ ਹੈ 1,28,000 ਦਾ। ਅਤੇ ਜੇ ਇਹੀ ਫੋਨ ਸੇਮ ਆਈਫੋਨ 14 ਪ੍ਰੋ 1 TB 1 TB ਜੇ ਦੁਬਈ ਤੋਂ ਬਾਈ ਕਰਦਾ ਤਾਂ ਉੱਥੇ ਪੈਣਾ ਸੀ 1,50,000 ਦਾ। ਦੇਖ ਰਹੇ ਹੋ 25,000 ਫਰਕ ਆ ਦੁਬਈ ਨਾਲੋਂ। ਉਹ ਕਿਉਂ? ਕਿਉਂਕਿ ਵੀਰੇ ਦਾ ਨੋਨ ਸੀ ਉੱਥੇ ਇੱਕ ਇੰਪਲੋਈ, ਉਹਦੇ ਕਰਕੇ 10% ਡਿਸਕਾਊਂਟ ਮਿਲਿਆ, $260 ਡਿਸਕਾਊਂਟ ਮਿਲਿਆ। ਅਤੇ ਜੇ ਆਪਾਂ ਉਹ ਵੀ ਐਡ ਕਰ ਲਿੱਤੇ ਜਾਣ ਤਾਂ ਫਿਰ ਵੀ ਦੁਬਈ ਨਾਲੋਂ ਕਾਫੀ ਚੀਪ ਆ ਇੱਥੇ। ਅਤੇ ਹੁਣ ਗੱਲ ਕਰਦੇ ਆਪਾਂ ਇੰਡੀਆ ਬਾਰੇ। ਇੰਡੀਆ ਦੇ ਵਿੱਚ ਇਹੀ ਫੋਨ 1,80,000 ਦਾ ਐਪਲ ਸ਼ੋਰ ਤੋਂ, ਇਹ ਆਪਾਂ ਐਪਲ ਸ਼ੋਰ ਤੋਂ ਬਾਏ ਕੀਤਾ ਵਾ। ਇੰਡੀਆ ਦੇ ਵਿੱਚ 1,80,000 ਦਾ 1 TB। ਜੇ ਤੁਸੀਂ 14 ਪ੍ਰੋ ਮੈਕਸ ਲੈਂਦੇ ਹੋ 1 TB, ਉਹ ਪੈਂਦਾ ਵਾ 1,90,000 ਦਾ। ਅਤੇ ਪਰ ਆਸਟ੍ਰੇਲੀਆ ਤੋਂ ਯਾਰ ਕਾਫੀ ਸਸਤਾ ਪਿਆ ਵਾ, ਅਤੇ ਲਾ ਲਓ ਕਿ ਡਿਫਰੈਂਸ ਕਿੰਨਾ ਹੋ ਗਿਆ, ਇਹ 80 ਇੰਡੀਆ ਨਾਲੋਂ ਇੱਥੇ ਫੋਨ ਦੇ ਵਿੱਚ 54,000 ਦਾ ਡਿਫਰੈਂਸ ਆ। ਮਤਲਬ ਕਿ ਮੈਨੂੰ ਦੁਬਈ ਵਾਲੇ ਪ੍ਰਾਈਸ 'ਤੇ ਹੀ ਆਲਮੋਸਟ ਮਿਲ ਗਿਆ, ਦੁਬਈ ਤੋਂ ਵੀ ਘੱਟ 54 ਟੂ ਮੱਚ ਹੁੰਦਾ ਨਾ ਉੱਦਾਂ, ਅਤੇ 54 ਤੁਹਾਨੂੰ ਮਿਲਣਾ ਡਿਸਕਾਊਂਟ ਹੋ ਗਿਆ 54। ਮੈਨੂੰ ਕਿੰਨੇ ਦਾ ਪੈਣਾ ਫੋਨ ਉਹ ਕੈਲਕੂਲੇਸ਼ਨ ਕਰੋ। ਉਹ ਤੁਹਾਨੂੰ ਪੈਣਾ ਵਾ ਕੀ ਕਹਿੰਦੇ ਜੀ ਆਪਾਂ ਸੇਮ ਲੈਂਦੇ ਹਾਂ ਨਾ, ਹਾਂਜੀ $2,600 2600 ਪਹਿਲਾਂ ਵੀ 260 ਮਾਈਨਸ, ਹਾਂ 2600 1260 ਮਾਈਨਸ ਕਰ ਦਿਓ, ਮਾਈਨਸ 260 ਅਤੇ ਨਹੀਂ 1260 ਕਰ ਦਿਓ, ਮਾਈਨਸ 1260। ਅਤੇ ਵੀਰੇ ਨੂੰ ਪੈਣਾ ਵਾ ਜੇ ਵੀਰਾ ਇੱਥੋਂ ਬਾਏ ਕਰਦਾ ਵਾ ਤਾਂ $1,340। ਇਹਨੂੰ ਕਰਦੇ ਆਪਾਂ ਇੰਟੂ 55 73,000 ਦਾ। ਇੰਡੀਆ ਨਾਲੋਂ 1,00,000 ਰੁਪਏ ਦਾ ਫਰਕ ਹੈ ਇੱਥੇ, ਜੇ ਆਪ ਬਿਜ਼ਨਸ ਪਲੈਨ 'ਤੇ ਲੈਂਦੇ। ਜੇ ਬਿਜ਼ਨਸ ਪਲੈਨ 'ਤੇ ਲੈਂਦੇ ਉਹ ਤਾਂ ਲਾ ਲਓ ਕਿ ਆਲਮੋਸਟ ਫਰੀ ਹੈ, ਕਿਉਂਕਿ ਮੇਰੀ ਰਿਕਿਸ਼ਟ ਬਣਦੀ ਆ $50। ਅਤੇ ਜਿਹੜਾ ਆਪਾਂ ਪਲੈਨ ਲੈਂਦੇ ਹਾਂ, ਸਿਮ ਲੈਂਦੇ ਹਾਂ, ਪਲੈਨ ਸਿਮ ਨੂੰ ਕਹਿੰਦੇ ਆ ਇੱਥੇ, ਜੇ ਤੁਸੀਂ ਸਿਮ ਲੈਂਦੇ, ਸਿਮ ਦਾ ਪਲੈਨ ਵੀ $50 or $60 ਦਾ ਹੋਊਗਾ। ਅਤੇ ਇਹਦੀ ਫਿਲਹਾਲ ਰਾਈਟ ਨਾਲ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗ ਰਹੀ ਹੈ, ਡਾਇਨਾਮਿਕ ਆਈਲੈਂਡ ਆ ਦੇਖਿਓ। ਹਾਂ ਜਿਵੇਂ ਰੀਸੈਂਟ ਰਿਲੇਟਡ ਖੋਲਿਆ, ਅਨਲੋਕ ਹੁੰਦਾ ਫੇਸ ਆ ਦੇਖੋ ਥੱਲੇ ਨੂੰ ਆਉਂਦਾ, ਇਹ ਕ੍ਰੇਜ਼ੀ ਯਾਰ। ਅਤੇ ਹੁਣ ਇਹਦਾ ਆਪਾਂ ਸਾਰਾ ਟੈਸਟ ਕਰਾਂਗੇ ਇਹ ਫੋਨ ਨੂੰ। ਨੈਕਸਟ ਵਲੌਗ ਜਿਹੜਾ ਆਏਗਾ ਆਸਟ੍ਰੇਲੀਆ ਦੇ ਵਿੱਚ, ਉਹ ਆਏਗਾ 14 ਪ੍ਰੋ ਤੋਂ, ਇਹ ਵਾਲੇ ਫੋਨ ਤੋਂ। ਸੋ ਇਹਨੂੰ ਆਪਾਂ ਹੁਣ ਸਾਰਾ ਡਾਟਾ ਵਗੈਰਾ ਟ੍ਰਾਂਸਫਰ ਕਰੀਏ, ਐਪਾਂ ਵਗੈਰਾ ਭਰੀਏ, ਕੈਮਰਾ ਸੈਟਿੰਗ ਕਰੀਏ। ਅਤੇ ਚਲੋ ਅੱਜ ਦੇ ਵਲੌਗ ਨੂੰ ਇੱਥੇ ਮਾਰਦੇ ਆ, ਕਰਦੇ ਆ ਉਹ ਕਰਦੇ ਤੁਹਾਨੂੰ ਵਲੌਗ ਦੇ ਲਈ ਕੁਝ ਵਧੀਆ ਲੱਗਦਾ, ਲਾਈਕ ਮਾਣੀ ਸ਼ੁਰੂ ਕਰ ਦਿਓ। ਅਤੇ ਮਿਲਦੇ ਹਾਂ ਨੌਲੇਜ ਟਿਲ ਦੈਨ, ਬਾਬਾ ਟੇਕ ਕੇਅਰ, ਚਾਹ ਪੀ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਅਤੇ ਨਾਲ ਸਤਿ ਸ਼੍ਰੀ ਅਕਾਲ ਜਿਹੜਾ ਪਤੀਸਾ ਲਿਆਂਦਾ ਸੀ ਆਪਾਂ ਵੀਰੇ ਹੁਣਾਂ ਨੇ, ਆਹ ਦੇਖ ਲਓ, ਆਹ ਦੇਖੋ ਡੇਢ ਲਾਈਨਾਂ ਮੁਕਾਤੀਆਂ ਨੇ।
ਸਵਾਦ ਹੀ ਬਹੁਤ ਹੈ ਗਾਇਸ ਕੀ ਕਰੀਏ ਦੇਸੀ ਘੇ ਦੀਆਂ ਅੰਮ੍ਰਿਤਸਰ ਦਾ ਇਦਾਂ ਦਾ ਹੋਵੇ ਫੂਡ ਤੇ ਆਪਾਂ ਛੱਡ ਸਕਦੇ ਆ ਜਦੋਂ ਚਾਹ ਹੁੰਦੀ ਆ ਇੱਕ ਟੁਕੜੀ ਮੈਂ ਖਿੱਚ ਦਿੰਦਾ ਬਾਕੀ ਮਿਲ ਤਾਂ ਜੇ ਦੋ ਤਿੰਨ ਵਾਰੀ ਚਾਹ ਦਿਨ ਚ ਤੇ ਤਿੰਨ ਟੁਕੜੀਆਂ ਹਾਂ ਖਤਮ ਆ ਵੇਖ ਲਓ ਮੈਨੂੰ ਦੋ ਦਿਨ ਆਏ ਹੋਏ ਆ ਤੇ ਆਪੇ ਸਭ ਲੈ ਲਓ ਤੇ ਮੇ ਵੀ ਸਾਨੂੰ ਇੱਕ ਕੋਰੀਅਰ ਪਰ ਕਰਾਉਣਾ ਪਵੇ ਥੋੜੀ ਦੇਰ ਤੱਕ ਕਿ ਜੇ ਕੋਈ ਫਰੈਂਡ ਮੇਰਾ ਆਇਆ ਹੋਏਗਾ ਆਪਾਂ ਕੋਰੀਅਰ ਦੇ ਜਾਂ ਕੋਰੀਅਰ ਕਰਾਵਾਂਗੇ ਉਹਨੂੰ ਕਹਾਂਗੇ ਲੈ ਕੇ ਆ ਜਾ ਲੈ ਕੇ ਆ ਤੇ ਚਲੋ ਮਿਲਦਾ ਤੁਹਾਨੂੰ ਅਗਲੇ ਅਗਲੇ ਵਲੌਗ ਚਲਦਰ ਵਲੌਗ ਸਤਿ ਸ੍ਰੀ ਅਕਾਲ ਥੋੜੀ ਸਾਡੀ ਸਾਡੀ ਕਰੀਏ ਕਿਉਂਕਿ ਸਿਮ ਆ ਵਾਲੇ ਫੋਨ ਚੋਂ ਇਹ ਚ ਨਵੇਂ ਫੋਨ ਚ ਪਾਈਏ ਹੋਰ ਵੀ ਬੜੀਆਂ ਸੈਟਿੰਗਾਂ ਹੁੰਦੀਆਂ ਨੇ ਪਾਸਵਰਡ ਵਗੈਰਾ ਸਾਰੇ ਰੀਸੈਟ ਕਰਨੇ ਆ ਸੋ ਕਰਕੇ ਅਗਲੇ ਵਲੌਗ ਚ ਮਿਲਦੇ ਆ ਅਗਲਾ ਵਲੌਗ 14 ਪ੍ਰੋ ਤੋਂ ਆਏਗਾ ਫਾਈਨਲੀ ਚਲੋ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ